ਕੈਨੇਡਾ ਨੂੰ ਲੈ ਕੇ ਤੇ ਆਸਟ੍ਰੇਲੀਆ ਨੂੰ ਲੈ ਕੇ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਖਾਸ ਸੈਮੀਨਾਰ ਦੀ ਗੱਲ ਕਰਨ ਜਾ ਰਹੇ ਆ ਜੋ ਸਟੂਡੈਂਟਸ ਲਈ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਜਿੱਥੇ ਤੁਸੀਂ ਪਹੁੰਚੋਗੇ ਤਾਂ ਤੁਹਾਨੂੰ ਡੇਰ ਸਾਰੀਆਂ ਆਪਸ਼ਨ ਵੀ ਮਿਲਣਗੀਆਂ ਤੁਹਾਨੂੰ ਕਮਿੰਗ ਇਨਟੇਕਸ ਬਾਰੇ ਪੂਰੀ ਜਾਣਕਾਰੀ ਮਿਲੇਗੀ ਕਿ ਕਿਸ ਇਨਟੇਕ ਵਿੱਚ ਤੁਹਾਨੂੰ ਆਪਣੇ ਮਨ ਚਾਹੇ ਕੋਰਸਸ ਮਿਲ ਸਕਦੇ ਨੇ ਸੋ ਆਸਟ੍ਰੇਲੀਆ ਔਰ ਕੈਨੇਡਾ ਨੂੰ ਫੋਕਸ ਕਰਦੇ ਹੋਏ ਆ 4 ਨਵੰਬਰ ਨੂੰ ਨੈਵੀਗੇਟਰਸ ਓਵਰਸੀਜ਼ ਵੱਲੋਂ ਸਪੈਸ਼ਲ ਇੱਕ ਸੈਮੀਨਾਰ ਜੋ ਹੈ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਕੀ ਕੀ ਖਾਸ ਟੈਂਡ ਵਾਲਾ ਹੈ ਔਰ ਕਿਸ ਤਰ੍ਹਾਂ ਦੀ ਆਪਸ਼ਨਸ ਇੱਥੇ ਸਟੂਡੈਂਟਸ ਨੂੰ ਮਿਲ ਸਕਦੀਆਂ ਨੇ ਸੋ ਇਸੇ ਨੂੰ ਲੈ ਕੇ ਅਸੀਂ ਖਾਸ ਹੌਰਤੇ ਅੱਜ ਇਨਵਾਈਟ ਕੀਤਾ ਹੋਇਆ ਹੈ ਜੀ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵਿਨਾ ਗੋਇਲ ਮੈਮ ਨੂੰ ਜੋ ਕਿ ਅੱਜ ਤੁਹਾਨੂੰ 4 ਨਵੰਬਰ ਦੇ ਇਸ ਸੈਮੀਨਾਰ ਬਾਰੇ ਡਿਟੇਲ ਵਿੱਚ ਸਾਰੀ ਗੱਲਬਾਤ ਜੋ ਹੈ ਦੱਸਣਗੇ ਪੂਰੀ ਇਨਫੋਰਮੇਸ਼ਨ ਤੁਹਾੜਨਾ ਸਾਂਝੀ ਕਰਨਗੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਇਸ ਐਕਸਪੀਰੀਅੰਸ ਦੇ ਵਿੱਚ ਮੈਮ ਨੇ ਹਮੇਸ਼ਾ ਸਟੂਡੈਂਟਸ ਲਈ ਇੱਕ ਤੋਂ ਇੱਕ ਵਧੀਆ ਆਪਸ਼ਨਸ ਲੱਭੀਆਂ ਰਿਸਰਚ ਵੀ ਕੀਤੀ ਹੈ ਤਾਂ ਕਿ ਜਿਸ ਵੀ ਤਰ੍ਹਾਂ ਦੀ ਪ੍ਰੋਫਾਈਲ ਹੈ ਉਸ ਨੂੰ ਬੈਸਟ ਆਪਸ਼ਨ ਦਿੱਤੀ ਜਾ ਸਕੇ ਸੋ ਮੈਮ ਜਿਹੜਾ ਤੁਸੀਂ 4 ਨਵੰਬਰ ਨੂੰ ਸੈਮੀਨਾਰ ਆਰਗੇਨਾਈਜ਼ ਕਰਨ ਜਾ ਰਹੇ ਹੋ ਇਸ ਦੇ ਬਾਰੇ ਵੀ ਸਟੂਡੈਂਟਸ ਨੂੰ ਜ਼ਰੂਰ ਗਾਈਡ ਕਰੋ ਕਿ ਕਿਵੇਂ ਖਾਸ ਸਟ੍ਰੈਂਡ ਵਾਲਾ ਸਟੂਡੈਂਟ ਲਈ ਔਰ ਕਿ ਕੀ ਕੀ ਬੈਨੀਫਿਟ ਮਿਲ ਸਕਦੇ ਨੇ ਇਸ ਸੈਮੀਨਾਰ ਤੋਂ ਸਟੂਡੈਂਟਸ ਨੂੰ ਹਰਜੋਤ ਜੀ ਇਹ ਹੈ ਕਿ ਸੈਮੀਨਾਰ ਕਰਾਉਣ ਦਾ ਪਰਪਸ ਕੀ ਹੈ ਬੜੀ ਕੰਪਨੀਆਂ ਕਰਾਉਂਦੀਆਂ ਸੈਮੀਨਾਰ ਰਾਈਟ ਲੇਕਿਨ ਐਕਚੁਅਲ ਸੈਮੀਨਾਰ ਕੌਣ ਕਰਾ ਰਿਹਾ ਐ ਐਂਡ ਵਾਟ ਯੂ ਵਿਲ ਗੈਟ ਆਫਟਰ ਦਾ ਸੈਮੀਨਾਰ ਇਹਦੇ ਵਿੱਚ ਆ ਕੇ ਤੁਸੀਂ ਜਿਹੜਾ ਨਾ ਆਪਣੀ ਪਾਰਟਿਕੂਲਰ ਯੂਨੀਵਰਸਿਟੀ ਪਾਰਟਿਕੂਲਰ ਕਾਲਜ ਦੀ ਜਿਹੜੀ ਇਨਫਰਮੇਸ਼ਨ ਲੈ ਸਕਦੇ ਹੋ ਉਹਦੇ ਵਿੱਚ ਤੁਹਾਡੀ ਐਂਟਰੀ ਕ੍ਰਾਈਟੇਰੀਆ ਪੂਰਾ ਹੋ ਰਿਹਾ ਨਹੀਂ ਹੋ ਰਿਹਾ ਯੂਨੀਵਰਸਿਟੀ ਕਾਲਜ ਦੀ ਲੋਕੇਸ਼ਨ ਕੀ ਹੈ ਔਰ ਉੱਥੇ ਜਾਣ ਦੇ ਤੁਹਾਨੂੰ ਫਾਇਦੇ ਕੀ ਹੈ ਯੂਨੀਵਰਸਿਟੀ ਰੈਪ ਤੁਹਾਨੂੰ ਆਨ ਦਾ ਸਪਾਟ ਦੱਸ ਸਕਦਾ ਕਿ ਕਿੰਨੀ ਕਿ ਸਕਾਲਰਸ਼ਿਪ ਲੱਗ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀ ਬਹੁਤ ਅੱਛੇ ਸਕਾਲਰਸ਼ਿਪ ਦੇ ਦਿੰਦੀਆਂ ਲੇਕਿਨ ਸਟੂਡੈਂਟਸ ਨੂੰ ਪਤਾ ਨਹੀਂ ਹੁੰਦਾ ਕਈ ਯੂਨੀਵਰਸਿਟੀਆਂ ਜਿਹੜੀਆਂ ਬੱਚੇ ਨੂੰ ਕੈਨੇਡਾ ਦੇ ਵਿੱਚ ਵੀ ਵਿਦਆਊਟ ਆਇਲਸ ਐਕਸੈਪਟ ਕਰਦੇ ਆ ਆਲਦੋ ਜਿਹੜਾ ਅੰਬੈਸੀ ਵਾਸਤੇ ਆਇਲਸ ਹੀ ਦੀਆ ਹੁਣ ਉਹਦੇ ਵਿੱਚ ਕੀ ਹੈ ਕਿ ਮੰਨ ਲਓ ਪੋਸਟ ਗ੍ਰੈਜੂਏਸ਼ਨ ਵਾਸਤੇ ਆਇਲਸ ਰਿਕੁਆਇਰਮੈਂਟ 6.5 ਹੈ ਯੂਨੀਵਰਸਿਟੀਆਂ ਦੀ ਔਰ ਅੰਬੈਸੀ ਰਿਕੁਆਇਰਮੈਂਟ 6 ਬੈਂਡ ਹੈ ਮਿਨੀਮਮ ਜੜੀਆਂ ਹੁਣ ਉਹ ਯੂਨੀਵਰਸਿਟੀ ਨੇ ਕਿਸੇ ਨੇ ਐਕਸੈਪਟ ਨਹੀਂ ਕੀਤਾ ਲੇਕਿਨ ਪਰਟੀਕੂਲਰ ਇੱਕ ਯੂਨੀਵਰਸਿਟੀ ਹੈ ਜਿਹੜੀ ਐਮਓਆਈ ਤੇ ਦੇ ਰਹੀ ਹੈ ਫਾਰ ਇਗਜ਼ਾਮਪਲ ਮੈਂ ਕਹਿ ਰਹੀ ਹਾਂ ਆਪਾਂ ਐਮਓਆਈ ਤੇ ਆਫਰ ਲੈਟਰ ਲੈ ਲਿਆ ਹੁਣ ਐਮਓਆਈ ਦਾ ਵੀਜ਼ਾ ਨਹੀਂ ਲੱਗੇਗਾ ਫਿਰ ਸਟੂਡੈਂਟ ਕੀ ਕਰ ਸਕਦਾ ਜਿਹੜਾ 6 ਬੈਂਡ ਆਇਆ ਉਹਦਾ ਕਿਉਂਕਿ 6.5 ਬੈਂਡ ਤੇ ਯੂਨੀਵਰਸਿਟੀ ਨੇ ਆਫਰ ਲੈਟਰ ਦੇਣੀ ਸੀ ਉਹਨੂੰ ਨਹੀਂ ਮਿਲੀ 6 ਬੈਂਡ ਤੇ ਉਹ ਐਮਓਆਈ ਤੇ ਆਫਰ ਲੈਟਰ ਲੈ ਲਈ ਔਰ ਅੰਬੈਸੀ ਦੀ ਰਿਕੁਆਇਰਮੈਂਟ ਫੁਲਫਿਲ ਕਰਨ ਵਾਸਤੇ ਜਿਹੜੇ 6 ਬੈਂਡ ਆਇਆ ਉਹਦਾ ਉਹ ਆਇਲਸ ਦਾ ਜਾਂ ਪੀਟੀ ਇਕੁਇਲੈਂਟ ਜੋ ਵੀ ਆ ਉਹਦਾ ਸਕੋਰ ਉਹ ਲਗਾ ਸਕਦਾ ਹ ਹ ਉਹਦੇ ਵਿੱਚ ਕੀ ਹੈ ਵੀਜ਼ਾ ਤੁਹਾਡਾ ਆ ਜਾਂਦਾ ਹੈ ਇਹ ਸਾਰੇ ਇਨਫਰਮੇਸ਼ਨ ਜਦ ਅ ਯੂਨੀਵਰਸਿਟੀਆਂ ਆ ਆਪਾਂਦੇ ਆ ਉਸ ਟਾਈਮ ਤੁਹਾਨੂੰ ਬਹੁਤ ਜ਼ਿਆਦਾ ਇਨਫਰਮੇਸ਼ਨ ਮਿਲਦੀ ਹੈ ਕਿਹੜਾ ਕੋਰਸ ਤੁਹਾਡੇ ਵਾਸਤੇ ਜਿਹੜਾ ਫਾਇਦੇਮੰਦ ਹੈ ਜਿਹਦੇ ਨਾਲ ਜੌਬ ਜ਼ਿਆਦਾ ਆਲਦੋ ਅਸੀਂ ਸਾਰਾ ਕੁਝ ਦੱਸਦੇ ਹਾਂ ਸਟੂਡੈਂਟਸ ਨੂੰ ਬਟ ਇੱਕ ਯੂਨੀਵਰਸਿਟੀ ਜਿਹੜੀ ਜਦ ਬੈਠੀ ਆ ਔਨ ਸਪਾਟ ਬੈਠੀ ਆ ਉਹ ਜਿੰਨਾ ਜ਼ਿਆਦਾ ਦੱਸ ਸਕਦੀ ਆ ਉਹਨਾਂ ਕੋਈ ਹੋਰ ਨਹੀਂ ਦੱਸ ਸਕਦਾ ਤੇ ਤੁਸੀਂ ਇਸ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ 4 ਨਵੰਬਰ ਨੂੰ ਜ਼ਰੂਰ ਆਓ ਹੁਣ ਮੰਨ ਲਓ ਆਸਟ੍ਰੇਲੀਆ ਆਸਟ੍ਰੇਲੀਆ ਦੀ ਜਿਹੜੀ ਰਿਕੁਆਇਰਮੈਂਟ ਹੈ ਜੀਟੀ ਦੀ ਰਿਕੁਆਇਰਮੈਂਟ ਹਰ ਯੂਨੀਵਰਸਿਟੀ ਦੀ ਆਪਣੀ ਅਲੱਗ ਹੁਣ ਕੋਈ ਸਟੇਟ ਬੋਰਡ ਨੂੰ ਲੈ ਰਿਹਾ ਕੋਈ ਨਹੀਂ ਲੈ ਰਿਆ ਕੋਈ ਹਾਲੇ CBSE ਨੂੰ ਲੈ ਰਿਆ ਕੋਈ ਇੱਕ ਚ 5.5 ਵੀ ਲੈ ਰਿਆ ਕੋਈ ਨਹੀਂ ਲੈ ਰਿਆ ਤਾਂ ਜਦ ਯੂਨੀਵਰਸਿਟੀ ਉੱਥੇ ਹੋਏਗੀ ਤੁਹਾਡੇ ਕੋਲ ਕਲੈਰਿਟੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਜਿਹੜਾ ਇਸ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ ਕਿਉਂਕਿ ਤੁਹਾਡੇ ਵਾਸਤੇ ਹੀ ਇਹ ਚੀਜ਼ ਫਾਇਦੇਮੰਦ ਹੈ ਹਮ ਹਮ ਜੀ ਠੀਕ ਹੈ ਬਿਲਕੁਲ ਸੋ ਮੈਮ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਕਿਉਂਕਿ ਕਈ ਸਟੂਡੈਂਟਸ ਕਹਿੰਦੇ ਨੇ ਕਿ ਜਿਨ੍ਹਾਂ ਦੀ ਪ੍ਰੋਫਾਈਲ ਵਿੱਚ ਥੋੜਾ ਬਹੁਤ ਗੈਪ ਹੈ ਉਹ ਵੀ ਚਾਹਦੇ ਹੁੰਦੇ ਆ ਕਿ ਸਾਨੂੰ ਚੰਗੀਆਂ ਆਪਸ਼ਨਸ ਮਿਲ ਸਕਣ ਸੋ ਫਰੈਸ਼ ਪ੍ਰੋਫਾਈਲਸ ਲਈ ਤਾਂ ਢੇਰ ساری ਆਪਸ਼ਨਸ ਹੁੰਦੀਆਂ ਹੀ ਨੇ ਜਾਂ ਫਿਰ ਆਪਾਂ ਰਿਫਿਊਜ਼ਡ ਪ੍ਰੋਫਾਈਲਸ ਦੀ ਗੱਲ ਕਰੀਏ ਕਿ ਉਹਨਾਂ ਲਈ ਵੀ ਇਸ ਸੈਮੀਨਾਰ ਦੇ ਵਿੱਚ ਚੰਗੀਆਂ ਆਪਸ਼ਨਸ ਮਿਲ ਸਕਣਗੀਆਂ ਹਰਜੋਤ ਜੀ ਅਦਾ ਹੈ ਕਿ ਜਿਹੜਾ ਗੈਪ ਹੈ ਯਾ ਰਿਜੈਕਸ਼ਨ ਹੈ ਕੈਨੇਡਾ ਵਾਸਤੇ ਕੋਈ ਮੈਟਰ ਨਹੀਂ ਕਰਦਾ ਬਟ ਆਸਟ੍ਰੇਲੀਆ ਵਾਸਤੇ ਕਰਦਾ ਹੈ ਤੇ ਆਸਟ੍ਰੇਲੀਆ ਵਾਸਤੇ ਬੱਚਿਆਂ ਨੂੰ ਅਸੀਂ ਕਵਾਂਗੇ ਅਸੀਂ ਪਾਥਵੇ ਪ੍ਰੋਗਰਾਮ ਦਿੰਨੇ ਆ ਜੀ ਸਿੰਗਾਪੋਰਟ ਤੋਂ ਆਸਟ੍ਰੇਲੀਆ ਰਾਈਟ ਉਹਦੇ ਵਿੱਚ ਕਈ ਬੱਚਿਆਂ ਦਾ ਵੀਜ਼ਾ ਵੀ ਲੱਗ ਗਿਆ ਔਰ ਬੱਚੇ ਜੇ ਉਹਨਾਂ ਨੇ 100% ਪਹੁੰਚਣਾ ਹੈ ਤੇ ਉਹ ਪਾਥਵੇ ਦੇ थ्रू ਜਾਣਗੇ ਜੀ ਬਟ ਉਹ ਆਸਟ੍ਰੇਲੀਆ ਤੋਂ ਰਿਜੈਕਸ਼ਨ ਹੋ ਗਿਆ ਹੁਣ ਉਹ ਚਾਹੁੰਦੇ ਕਿ ਅੱਛੀ ਕੰਟਰੀ ਚਲੇ ਜਾਈਏ ਦੈਨ ਵਾਟ ਨੈਕਸਟ ਯਾ ਤੇ ਨਿਊਜ਼ੀਲੈਂਡ ਯਾ ਕੈਨੇਡਾ ਤੇ ਮੇਰੀ ਜਿਹੜੀ ਪ੍ਰੈਫਰੈਂਸ ਹੁੰਦੀ ਹੈ ਕਿ ਕੈਨੇਡਾ ਦੇ ਵਿੱਚ ਤੁਸੀਂ ਪਹਿਲੇ ਅਪਲਾਈ ਕਰ ਸਕਦੇ ਹੋ ਆਲਥੋ ਨਿਊਜ਼ੀਲੈਂਡ ਚ ਵੀ ਕੁਝ ਨਹੀਂ ਜਾਂਦਾ ਪਰ 6 ਮੰਥ ਹੋਲਡ ਫੰਡ ਚਾਹੀਦੇ ਹੁੰਦੇ ਆ ਤੇ ਇਹ ਉਹਨਾਂ ਦੇ ਵਾਸਤੇ ਆਪਸ਼ਨ ਬਹੁਤ ਅੱਛੀ ਹੋ ਜਾਂਦੀ ਕਿ ਆਸਟ੍ਰੇਲੀਆ ਦਾ ਜਿਹੜਾ ਰਿਜੈਕਸ਼ਨ ਆ ਜੀਟੀ ਰਿਜੈਕਟ ਹੋ ਗਿਆ ਆ ਫਰ ਲੈਟਰ ਨਹੀਂ ਮਿਲ ਰਿਹਾ ਗੈਪ ਪੈ ਗਿਆ ਤੁਸੀਂ ਕੈਨੇਡਾ ਦੇ ਜਿਹੜੇ ਸੈਮੀਨਾਰ ਚ ਆ ਕੇ ਇਨਫੋਰਮੇਸ਼ਨ ਲਓ ਔਰ ਤੁਸੀਂ ਕੈਨੇਡਾ ਅਪਲਾਈ ਕਰੋ ਜੀ ਠੀਕ ਹੈ ਸੋ ਅਕੀਰ ਦੇ ਵਿੱਚ ਮੈਂ ਜ਼ਰੂਰ ਚਾਹੂੰਗੀ ਸਟੂਡੈਂਟਸ ਨੂੰ ਪੂਰੀ ਇਨਫੋਰਮੇਸ਼ਨ ਜੋ ਹੈ ਇਸ ਸੈਮੀਨਾਰ ਰਿਗਾਰਡਿੰਗ ਆਪਾਂ ਜ਼ਰੂਰ ਸਾਂਝੀ ਕਰੀਏ ਕਿ 4 ਨਵੰਬਰ ਨੂੰ ਹੈ ਨੈਵੀਗੇਟਰ ਓਵਰਸੀਜ਼ ਦਾ ਆਫਿਸ ਆ ਮੈਮ ਕਿੰਨੇ ਤੋਂ ਕਿੰਨੀ ਟਾਈਮਿੰਗ ਹੈ ਔਰ ਕਈ ਵਾਰੀ ਸਟੂਡੈਂਟਸ ਦੇ ਫਿਰ ਇਹ ਵੀ ਸਵਾਲ ਬਹੁਤ ਹੁੰਦੇ ਹੈ ਕਿ ਕੀ ਕੋਈ ਫੀਸ ਵੀ ਸਾਨੂੰ ਇਸ ਸੈਮੀਨਾਰ ਦਾ ਹਿੱਸਾ ਬਣਨ ਲਈ ਪੇ ਕਰਨੀ ਪਏਗੀ 11 ਵਜੇ ਤੋਂ 4 ਵਜੇ ਤੱਕ ਸੈਮੀਨਾਰ 4 ਨਵੰਬਰ ਨੂੰ No fees ਕੋਈ ਫੀਸ ਨਹੀਂ ਲਿੱਤੇ ਜਾਂਦੀ ਹੈ ਸੈਮੀਨਾਰ ਦਾ ਹਿੱਸਾ ਬਣਨ ਨੂੰ ਵਾਸਤੇ ਤੁਸੀਂ ਆਪ ਆਓ ਇਨਫੋਰਮੇਸ਼ਨ ਲੋ ਬਲਕਿ 네비ਗੇਟਰ ਦੀ ਤਰਫ ਤੋਂ ਕਾਫੀ ਸਾਰੇ ਪ੍ਰਾਈਜ਼ਸ ਉਸ ਦਿਨ ਨਿਕਲਨੇ ਆ ਕਿਉਂਕਿ ਜਿਹੜੇ ਬੱਚੇ ਨੇ ਮਿਹਨਤ ਕਰਕੇ ਆ ਰਹੇ ਆ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਹੇ ਆ ਅਸੀਂ ਆਪਦੀ ਕਮਿਊਨਿਟੀ ਦਾ ਹਿੱਸਾ ਬਣਾਉਣ ਵਾਸਤੇ ਜਿਹੜਾ ਐਲੀਜੀਬਲ ਹੋਏਗਾ ਉਹਦੇ ਵਿੱਚ ਕੁਝ ਕ੍ਰਾਈਟੇਰੀਆ ਹੋਏਗਾ ਜਾਂ ਤੇ ਲੱਕੀ ਡਰਾਅ ਨਿਕਲਣਗੇ ਕੁਝ ਕਿਤਾ ਹੋਇਆ ਹੈ ਆਫਿਸ ਨੇ ਉਹ ਬੱਚਿਆਂ ਨੂੰ ਮੈਕਸਿਮਮ ਨੂੰ ਕੁਝ ਨਾ ਕੁਝ ਮਿਲੇਗਾ ਜਰ ਹੂੰ ਜੀ ਜੀ ਠੀਕ ਹੈ ਬਿਲਕੁਲ ਸੋ ਮੈਨੂੰ 1 ਆਈਫੋਨ ਲੈਪਟਾਪ ਤੱਕ ਵੀ ਰੱਖੇ ਹੋਏ ਹੈ ਉਹ ਡਿਪੈਂਡ ਕਰਦਾ ਜਦ ਸਟੂਡੈਂਟਸ ਆਣਗੇ ਉਹਨਾਂ ਨੂੰ ਵੀ ਪ੍ਰਾਈਜ਼ ਜ਼ਰੂਰ ਮਿਲਣਗੇ ਜੀ ਯਾਨੀ ਕਿ ਤੁਹਾਨੂੰ ਇਨਫੋਰਮੇਸ਼ਨ ਤਾਂ ਮਿਲੇਗੀ ਹੀ ਨਾਲ ਦੀ ਨਾਲ ਇਸ ਫੈਸਟਿਵ ਸੀਜ਼ਨ ਦਾ ਵੀ ਕੁਝ ਪ੍ਰਾਈਜ਼ਸ ਆ ਵੀ ਤੁਸੀਂ ਜੋ ਹੈ ਬੈਨੀਫਿਟ ਜ਼ਰੂਰ ਲੈ ਸਕੋਗੇ ਜਿਨ੍ਹਾਂ ਨੂੰ ਮਿਲ ਸਕੇਗਾ ਸੋ ਜ਼ਰੂਰ ਅਗਰ ਤੁਸੀਂ ਸੈਮੀਨਾਰ ਦਾ ਹਿੱਸਾ ਬਣਦੇ ਹੋ ਤਾਂ ਤੁਹਾਨੂੰ ਬਹੁਤ ਸਾਰੀ ਨੋਲਿਜ ਵੀ ਜ਼ਰੂਰ ਮਿਲਣ ਵਾਲੀ ਹੈ ਸਟੂਡੈਂਟ ਜਿੱਥੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਸੋ ਵੱਖ-ਵੱਖ ਯੂਨੀਵਰਸਿਟੀਆਂ ਦੇ ਰੈਪਸ ਉੱਥੇ ਰਿਪਰੈਜ਼ੈਂਟੇਟਿਵਸ ਉੱਥੇ ਆਏ ਹੋਣਗੇ ਤੁਸੀਂ ਉਹਨਾਂ ਤੋਂ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾ ਕੇ ਜਾਣ ਸਕਦੇ ਹੋ ਕਿ ਕਿਹੜੀ-ਕਿਹੜੀ ਆਪਸ਼ਨਸ ਦੇ ਲਈ ਤੁਸੀਂ ਐਲੀਜੀਬਲ ਹੋ ਸੋ ਹੋਰ ਵੀ ਢੇਰ ਸਾਰੀ ਇਨਫੋਰ ਪੇਰੈਂਟਸ ਵੀ ਜ਼ਰੂਰ ਨਾਲ ਆਣ ਤੁਹਾਡੇ ਤਾਂ ਕਿ ਪੇਰੈਂਟਸ ਵੀ ਸਾਰੀ ਚੀਜ਼ਾਂ ਨੂੰ ਸਮਝ ਸਕਣ ਤਾਂ ਕਿ ਤਰੀਕੇ ਨਾਲ ਤੁਹਾਡਾ ਪੂਰਾ ਪ੍ਰੋਸੈਸ ਜੋ ਹੈ ਕੰਪਲੀਟ ਹੋਵੇ ਸੋ ਕੋਈ ਵੀ ਸਵਾਲ ਹੋਵੇ ਚਾਹੇ ਕਿ ਸੈਮੀਨਾਰ ਦੀ ਅੱਜ ਗੱਲ ਕਰ ਰਹੇ ਆਂ ਪਰ ਫਿਰ ਵੀ ਅਗਰ ਤੁਸੀਂ ਚਾਹੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ ਯੂਕੇ ਜਾਂ ਹੋਰ ਵੀ ਕੋਈ ਆਪਸ਼ਨ ਸੋਚਦੇ ਹੋ ਉਸ ਨੂੰ ਲੈ ਕੇ ਵੀ ਕੋਈ ਡਾਊਟ ਹੈ ਤਾਂ ਇਸੇ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਕਿ ਅੱਜ ਤੁਸੀਂ ਖਾਸ ਗੱਲਾਂ ਸਾਂਝੀਆਂ ਕੀਤੀਆਂ ऑर्गनाइज किया जो कि स्टूडेंट्स बहुत ही खास रहने वाला है सो so, अगो भी स्टूडेंट्स अट्सर इनफोरमेटिव लेके आते रहेंगे फिलहाल ही सू दौ जी इजाजत थैंक यू सो मच थैंक यू